ਪਹਿਲਾਂ ਮੈਨੂੰ ਸ਼ੇਰ ਨੇ ਜਿਉਂਦਾ ਖਾਜਣਾ ਯਾਰ। ਉਹ ਇੱਥੇ ਪੂਰੇ ਇਲਾਕੇ 'ਚ ਕੋਈ ਸ਼ੇਰ ਸ਼ੂਰ ਨਹੀਂ ਹੈਗਾ। ਉਹ ਮੈਨੂੰ ਲੱਗਦਾ ਨਾ ਤੈਨੂੰ ਤਿੰਨੇ ਬੱਬਿਆਂ ਨੇ ਰਲ ਕੇ ਨਾ ਚੌਥਾ ਬਾਬਾ ਬਣਾਤਾ। ਕੀ ਬੇਵਕੂਫ ਯਾਰ, ਉਹ ਤਿੰਨੇ ਬੱਬੇ ਨਾ ਮੈਨੂੰ ਵੀ ਬਹੁਤ ਤੰਗ ਕਰਦੇ ਨੇ। ਚੱਲ ਛੱਡ, ਪਰ ਐਂ ਦੱਸ ਮੈਨੂੰ ਤੂੰ ਇੰਨਾ ਡਰਦਾ ਕਾਹਤੋਂ ਹੈ? ਮੈਂ ਤਾਂ ਨਾ ਉਸ ਯਾਰਾਂ ਦੋਸਤਾਂ ਦੀ ਚੁੱਕ ਚੱਕ ਹੀ ਫੌਜ 'ਚ ਭਰਤੀ ਹੋ ਗਿਆ। ਹੁਣ ਮੈਨੂੰ ਕੀ ਪਤਾ ਸੀ ਇੱਥੇ ਚਾਰੇ ਪਾਸੇ ਮੌਤ ਹੀ ਮੌਤ ਹੈ ਯਾਰ। ਉਹ ਗੱਲ ਸੁਣ ਮੇਰੀ, ਆਪਣੇ ਦਿਲ 'ਚੋਂ ਨਾ ਡਰ ਕੱਢ ਦੇ, ਜਿੰਨਾ ਡਰ ਪਾਲੇਗਾ ਓਨਾ ਹੀ ਜ਼ਿਆਦਾ ਡਰ ਵਧੂ। ਬਹਾਦਰ ਫੌਜੀ ਬਣ ਬਹਾਦਰ। ਕੀ ਆ ਬਾਈ, ਬਈਆ ਰੇੜੂਆ ਦੇਣਾ ਜਿਹੜਾ ਭੁੱਲ ਆਇਆ ਸੀ ਉੱਥੇ, ਆ ਲਾ ਫੜ। ਖਬਰਾਂ ਸੁਣ ਲਾ, ਖਬਰਾਂ ਸੁਣਿਆ ਕਹਿੰਦੇ ਸ਼ੇਰ ਆਏ ਫਿਰਦੇ ਇਲਾਕੇ 'ਚ। ਆਪ ਪਿਆ ਦੇਖ ਲਾ। ਨਜ਼ਰ ਨਹੀਂ ਆਉਂਦਾ ਕਿਤੇ ਬਾਈ, ਉਹ ਥੱਲੇ ਬੇਸ ਕੈਂਪ ਤੇ ਗਿਆ। ਹਾਂ ਵੀ ਜਵਾਨੋ, ਹੋ ਰਹੀਆਂ ਸਫਾਈਆਂ? ਹਾਂਜੀ ਹਾਂਜੀ ਹੋ ਰਹੀਆਂ ਜੀ। ਖਿੱਚੀ ਚਲੋ, ਖਿੱਚੀ ਚਲੋ। ਓਗੋ ਬੰਕਰ ਮਯੋਕਾ ਸਾਇਨੀ ਸਿਪਾਹ ਗੱਦਮ ਮਨੁੱਖੋ ਕੁਦਾਇਮ ਦੋ। ਅਰੇ ਤਾਸ਼ੀ, ਇਹ ਬਾਬਾ ਕਿਆ ਬੋਲ ਰਹੇ? ਬਾਬਾ ਕਹਿ ਰਹੇ ਇਹ ਸਭ ਬੰਕਰ ਗਿਰਾ ਦੋ, ਵਰਨਾ ਸਭ ਮਾਰੇ ਜਾਓਗੇ। ਬਾਬਾ, ਹਮਾਰੇ ਹੋਤੇ ਘਬਰਾਨੇ ਕੀ ਕੋਈ ਬਾਤ ਨਹੀਂ ਹੈ। ਯਹਾਂ ਪਰ ਬੰਕਰ ਮਤ ਬਨਾਈਏ ਸਾਹਿਬ, ਸੈਨਿਕ ਸਿਪਾਹੀ ਇਸੇ ਆਪਣਾ ਇਲਾਕਾ ਮਾਨਤੇ ਹੈ। ਝੂਠ ਬੋਲਤੇ ਹੈ ਵੋ, ਯੇ ਇਲਾਕਾ ਹਿੰਦੁਸਤਾਨ ਕਾ ਹੈ। ਲੇਕਿਨ ਜਬ ਹਮ ਇਹ ਬਾਤ ਸੈਨਿਕ ਸਿਪਾਹੀ ਕੋ ਬੋਲਤੇ ਹੋ ਤੋ ਵੋ ਆਗ ਬਬੁਲਾ ਹੋ ਜਾਤੇ ਸਾਹਿਬ। ਤੁਮ ਨਹੀਂ ਜਾਣਤੇ ਬੇਟਾ, ਬਹੁਤ ਖੌਫਨਾਕ ਸ਼ਹਿਰ ਹੈ ਉਨਕੇ, ਔਰ ਬਹੁਤ ਹੀ ਜ਼ਾਲਿਮ ਔਰ ਦਰਿੰਦੇ ਹੈ ਬੇਟਾ। ਇੱਕ ਦਿਨ ਮੇਰੇ ਗਾਂਵ ਕੇ ਬੱਚੋਂ ਨੇ ਖੇਲ ਖੇਲ ਮੇਂ ਪੱਥਰੋਂ ਕੀ ਦੀਵਾਰ ਬਣਾਈ ਥੀ, ਉਨ ਲੋਗੋਂ ਕੋ ਉਹ ਵੀ ਬਰਦਾਸ਼ਤ।